ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਮਦਨਹੇੜੀ ਖੜ੍ਹੇ ਹਾਂ। ਇੱਥੇ ਉੱਪਰ ਫਸਟ ਫਲੋਰ 'ਤੇ ਅੱਖਾਂ ਦਾ ਫ੍ਰੀ ਆਈ ਕਲੀਨਿਕ ਸ਼ੁਰੂ ਹੋ ਚੁੱਕਿਆ, ਤਾਂ ਕਰਕੇ ਇੱਥੇ ਅੱਜ ਇਲਾਕੇ ਦੇ ਮੋਤਬਾਰ ਬੰਦੇ, ਸਰਪੰਚ ਸਾਹਿਬਾਨ, ਪਰਵੰਤੇ ਸੱਜਣ ਸਾਰੇ ਆਏ ਹੋਏ ਨੇ। ਡਾਕਟਰ ਸਾਹਿਬਾਂ ਨਾਲ ਟੀਮ ਆਈ ਹੋਈ ਹੈ। ਤੁਹਾਨੂੰ ਕਿਆ ਬੇਨਤੀ ਕਰ ਰਹੇ ਹਾਂ, ਇਹ ਜੋ ਤੁਹਾਡੇ ਪਿੰਡਾਂ ਦੇ ਆਸ ਪਾਸ ਜੋ ਮੋਤਬਾਰ ਬੰਦੇ, ਉਹਨਾਂ ਨੂੰ ਵੀ ਰਿਕੁਐਸਟ ਕਰ ਰਹੇ ਹਾਂ ਸਾਰਿਆਂ ਨੂੰ ਕਿ ਪਲੀਜ਼ ਸਾਡੇ ਨਾਲ ਸਹਿਯੋਗ ਕਰਿਓ, ਪਲੀਜ਼ ਇਹ ਵੀਡੀਓਜ਼ ਨੂੰ ਅੱਗੇ ਅੱਗੇ ਭੇਜੋ। ਹਰੇਕ ਐਤਵਾਰ ਯਾਨੀ ਕਿ ਸੰਡੇ ਵਾਲਾ ਦਿਨ, ਹੈ ਨਾ, ਹਰੇਕ ਐਤਵਾਰ 10 ਤੋਂ ਲੈ ਕੇ 12 ਵਜੇ ਤੱਕ ਫ੍ਰੀ ਉਹ ਆਈ ਓ ਪੀ ਡੀ ਚੱਲਣੀ ਹੈ ਅਤੇ ਅੱਖਾਂ ਦਾ ਚੈੱਕਅਪ ਚੱਲਣਾ। ਉਸ ਤੋਂ ਬਾਅਦ ਜੋ ਲੋੜਵੰਦ ਮਰੀਜ਼ ਹੋਣਗੇ ਉਹਨਾਂ ਦਾ ਜੋ ਕੈਟਰੈਕ ਸਰਜਰੀ ਜਾਂ ਬਾਕੀ ਹੋਰ ਕਿਸੇ ਤਰੀਕੇ ਦੀ ਸਰਜਰੀ ਹੋਏਗੀ ਉਹ ਹਸਪਤਾਲ 'ਚ ਕੀਤੀ ਜਾਏਗੀ, ਟੋਟਲੀ ਫ੍ਰੀ ਆਫ ਕੋਸਟ। ਤੁਸੀਂ ਜਾਂਦੇ ਹੋ ਇੱਥੇ ਖਰੜ ਜਾਂ ਹੋਰ ਅੱਗੇ ਜਾਣਾ ਪੈਂਦਾ, ਡੇਰਾ ਬਸੀ ਤੱਕ ਦੇ ਇਲਾਕੇ ਦੇ ਲੋਕ ਖਰੜ ਜਾਂ ਚੰਡੀਗੜ੍ਹ ਜਾ ਰਹੇ ਨੇ ਅੱਖਾਂ ਦਾ ਇਲਾਜ ਕਰਾਉਣ ਲਈ। ਕਿਆ ਤੁਸੀਂ ਉਹਨਾਂ ਦੀ ਮਦਦ ਕਰਨਾ ਚਾਹੋਗੇ? ਪਲੀਜ਼ ਤੁਹਾਡਾ ਇੱਕ ਵੀਡੀਓ ਤੁਹਾਡੇ ਗਰੁੱਪਾਂ 'ਚ ਪਾਉਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਨੂੰ ਗਰੁੱਪਾਂ 'ਚ ਸ਼ੇਅਰ ਕਰਨਾ ਬਹੁਤ ਬਿਲਕੁਲ ਨਾ ਭੁੱਲਿਓ। ਅੱਜ ਤਰੀਕ ਹੈ 16 ਅਗਸਤ 2024, ਹੈ ਨਾ, ਇਹ ਫ੍ਰੀ ਆਈ ਕਲੀਨਿਕ ਸ਼ੁਰੂ ਹੋ ਚੁੱਕਿਆ। ਅਗਲੇ ਜਿਹੜਾ ਕਮਿੰਗ ਸੰਡੇ ਹੋਏਗਾ, ਐਤਵਾਰ ਹੋਏਗਾ, ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰੋ। ਬਹੁਤ ਸਾਰੇ ਪੇਸ਼ੈਂਟਾਂ ਦੀ, ਬਜ਼ੁਰਗ ਲੋਕਾਂ ਦੀ, ਲੋੜਵੰਦ ਮਰੀਜ਼ਾਂ ਦੀ ਅੱਖਾਂ ਬਚਾਉਣ ਦੇ ਵਿੱਚ ਤੁਹਾਡਾ ਸਿੱਧਾ ਸਹਿਯੋਗ ਪਏਗਾ। ਇਹ ਬਾਕੀ ਮੋਤਬਾਰ ਸੱਜਣ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਬਾਕੀ ਸਾਰੇ ਬੈਠੇ ਹੋਏ ਨੇ, ਇਹ ਆਪਣਾ ਸਹਿਯੋਗ ਕਰਨ ਆਏ ਨੇ। ਅਤੇ ਤੁਸੀਂ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਤੁਹਾਡਾ ਹਰੇਕ ਵੀਡੀਓ ਸ਼ੇਅਰ ਕੀਤਾ ਬਹੁਤ ਸਾਰੇ ਲੋਕਾਂ ਦੀ ਅੱਖਾਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰੇਗਾ। ਇਸੇ ਉਮੀਦ ਨਾਲ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੀ ਵੀਡੀਓ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰੋਗੇ। ਫਤਿਹ ਦੀ ਸਾਂਝ ਨਾਲ ਵੀਡੀਓ ਪੋਸਟ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।